ਉੱਥੇ ਗਿਆ ਸੀ ਜੀ ਫੁੱਲਾਂ ਦੇ ਵਿੱਚ ਦੋ ਢਾਈ ਕਿੱਲੇ ਜੀ ਵਾਹਣ ਦੇ ਅਸਲ ਤਾਂ ਜੀ ਜੀ ਨੇ ਉਹਦੇ ਕੁਛ ਮਾਰਿਆ ਉੱਥੇ ਕੋਈ ਕਾਰਵਾਈ ਹੋਵੇ ਨਾਲੇ ਬਾਕੀ ਜਿਹੜਾ ਕਰਜ਼ਾ ਕੋਈ ਮਾਫ ਹੋਵੇ ਮੈਨੂੰ ਤਾਂ ਹੋਰ ਕੁਛ ਨਹੀਂ ਔੜਦਾ ਜੀ ਤਿੰਨ ਸੀਗੇ ਜੀ ਤਿੰਨ ਸੀ ਘਰ ਦਾ ਹੀ ਕੰਮ ਕਰਦਾ ਸੀ ਜੀ ਖੇਤੀਬਾੜੀ ਉਹੀ ਸਾਡੇ ਘਰ ਕੰਮ ਕਰਨ ਵਾਲਾ ਸੀ ਬਸ ਹਾਂ ਤਿੰਨ ਸੀ ਜੀ ਵੀ ਕਹੀ ਵੀ ਇੱਕ ਪੇ ਹੋਣ ਵਾਲੀ ਹੈ ਜੀ ਕੰਮ ਕਰਦਾ ਸੀ ਮੰਗ ਕਰਜ਼ਾ ਮਾਫ ਕਰ ਦਿਓ ਜੀ ਦਿੱਤਾ ਜਾਵੇ ਜੀ ਬਹੁਤ ਮਾੜੀ ਘਟਨਾ ਹੋਈ ਜੀ ਜਿਹੜਾ ਇਹ ਬੱਚਾ ਸਾਡਾ ਸ਼ਹੀਦ ਹੋਇਆ ਹੈਗਾ ਜੀ ਬੜਾ ਬੀਬਾ ਬੱਚਾ ਸੀਗਾ ਜੀ ਨੌਜਵਾਨ ਮੁੰਡਾ ਸੀ 21 ਸਾਲ ਦੀ ਸਾਰੀ ਇਹਦੀ ਉਮਰ ਸੀ ਕਿੰਨੀ ਕੁ ਵੱਡੀ ਉਮਰ ਸੀਗੀ ਜੀ ਕਿਸਾਨੀ ਸੰਘਰਸ਼ ਦੇ ਵਿੱਚ ਇਹ ਗਿਆ ਸੀਗਾ ਜੀ 13 ਤਰੀਕ ਨੂੰ ਪਹੁੰਚਿਆ ਸੀਗਾ ਉੱਥੇ ਜੀ ਜਾਣੀ ਕਿ ਸਾਰੇ ਜਥੇ ਤੋਂ ਇਹ ਮੂਹਰੇ ਸੀਗਾ ਜੀ ਪਤਾ ਨਹੀਂ ਕਿਵੇਂ ਉੱਧਰੋਂ ਕੀ ਕੁਛ ਹੋਇਆ ਜੀ ਇਹਦੇ ਬਾਰੇ ਆਪਾਂ ਨੂੰ ਇੰਨੀ ਜਾਣਕਾਰੀ ਨਹੀਂ ਗੀ ਉੱਧਰੋਂ ਕਿਵੇਂ ਉਹਨਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਜੀ ਧੂੰਆਂ ਕਰਿਆ ਜੀ ਫਿਰ ਸਿੱਧੀ ਗੋਲੀ ਕਿੱਧਰੋਂ ਆਈ ਗੋਲੀ ਕਿਵੇਂ ਚੱਲੀ ਜੀ ਜਾਣੀ ਕਿ ਪੱਕੀ ਗੋਲੀ ਸੀਗੀ ਜੇ ਆਪਾਂ ਕਹਿ ਦਈਏ ਕੋਈ ਉਹ ਨਹੀਂ ਸੀ ਕੋਈ ਰਬੜ ਦੀ ਨਹੀਂ ਸੀ ਕੁਛ ਹੋਰ ਨਹੀਂ ਸੀਗਾ 12 ਬੋਰ ਦਾ ਫਾਇਰ ਸੀਗਾ ਜਾਣੀ ਕਿ ਸਿੱਧਾ ਉਹਦੇ ਆ ਕੇ ਮੱਥੇ ਦੇ ਵਿੱਚ ਵੱਜਿਆ ਜੀ ਸਾਡਾ ਜਿਹੜਾ ਨੌਜਵਾਨ ਆ ਸ਼ਵਦੀਪ ਉਹ ਸ਼ਹੀਦ ਹੋ ਗਿਆ ਜੀ ਸਾਨੂੰ ਇਸ ਖਬਰ ਦਾ ਪਿੰਡ ਦੇ ਵਿੱਚ ਪਹੁੰਚੀ ਖਬਰ ਜੀ ਸਾਨੂੰ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਜੀ ਅਸੀਂ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਜੀ ਹਾਂਜੀ ਨਹੀਂ ਪ੍ਰਸ਼ਾਸਨ ਅਧਿਕਾਰੀ ਤਾਂ ਵੈਸੇ ਤਾਂ ਆਈ ਵੀ ਜਾਂਦੇ ਨੇ ਜੀ ਚੌਂਕੀ ਇੰਚਾਰਜ ਆਏ ਸੀਗੇ ਜੀ ਗੱਲ ਕਰਾਂ ਤੋਂ SHO ਸਾਹਿਬ ਆਏ ਸੀਗੇ ਜੀ PSP ਸਾਹਿਬ ਵੀ ਰਾਤ ਵੀ ਸੀਗੇ ਇੱਥੇ ਜੀ ਜਾਣੀ ਕਿ ਕੋਈ ਹੱਲ ਨਹੀਂ ਨਿਕਲਿਆ ਜੀ ਆਏ ਸੀ ਇੱਥੇ ਜੀ ਗੇੜਾ ਦੇ ਕੇ ਵਾਪਸ ਹੋ ਗਏ ਜੀ ਨਹੀਂ ਵੱਡਾ ਅਧਿਕਾਰੀ ਹਜੇ ਤੱਕ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਜੀ ਹਾਂਜੀ ਕਰਜ਼ਾ ਪਰਿਵਾਰ ਦੇ ਸਿਰ ਹੈਗਾ ਜੀ 10-15 ਲੱਖ ਰੁਪਇਆ ਜੀ ਆੜ੍ਹਤੀ ਦਾ ਕੁਛ ਬੈਂਕਾਂ ਦਾ ਜੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸਾਰਾ ਕਰਜ਼ਾ ਉਹਦਾ ਮਾਫ਼ ਕੀਤਾ ਜਾਵੇ ਜੀ ਇੱਕ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜੀ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਸਾਰਾ ਕਰਜ਼ਾ ਟੋਟਲ ਇਹਨਾਂ ਦਾ ਮਾਫ਼ ਕੀਤਾ ਜਾਵੇ ਜੀ ਪਰਿਵਾਰ ਗਰੀਬ ਆ ਜੀ 2-2.5 ਕਿੱਲੇ ਪੈਣੀ ਹੈ ਪਰਿਵਾਰ ਕੋਲ ਜੀ ਕੁਛ ਟੇਕੇ ਦੇ ਵਾਹਣ ਲੈ ਕੇ ਆਪਦਾ ਟਾਈਮ ਪਾਸ ਜਿਹਨੂੰ ਆਪਾਂ ਗੁਜ਼ਾਰਾ ਕਹਿੰਦੇ ਉਹ ਕਰਦੇ ਜੀ ਸਾਦਾ ਪਰਿਵਾਰ ਆ ਜੀ ਅਤੇ ਉਹ ਜਿਹੜਾ ਜਮੀ ਉਹ ਅਨੁਭਵ ਆ ਜੀ ਇੱਕ ਬੱਸ ਦੇ ਉੱਪਰ ਕੰਡਕਟਰ ਲੱਗਿਆ ਹੋਇਆ ਹੈਗਾ ਜੀ ਗਰੀਬ ਪਰਿਵਾਰ ਆ ਜੀ ਕੀ ਨਾਮ ਹੈ ਜੀ ਮੇਰਾ ਨਾਮ ਪਲਵਿੰਦਰ ਸਿੰਘ ਜੀ ਅਕਾਲੀ ਆਗੂ ਵੱਲੋਂ ਜੀ